सत श्रीकाल जी, बीबत्ती नवांशहर देख रहे हो दोस्तों। इस वेले एक वड्डी अहम खबर तुहाडे सामने पेश करन जा रहे। इस समय असी शंकर सिनेमा मार्केट नवांशहर विखे मौजूद है। उही मार्केट है जिहदी कल वीडियो चलाई सी जिहदे बाहर गटर लीक कर रहा सी। तां हुण वड्डी खबर इत्थों आ रही है कि इत्थे एक अनपछाती लाश मिली है और ऑफ कैमरा सानूं वी पता लग्गिया कि इह तीजी लाश है जिहड़ी इस मार्केट विच्चों मिली है। बिल्ला जी, इह किहदी लाश है ते जिहड़ी मृत्यु है व्यक्ति दी किवें होई है? इस बारे तो सानू पता नहीं, ना लाश का ही पता लगता, क्योंकि इत्थे पहला यह तीजी लाश वा। ये दो लाशा इदा दियां सी जिहड़े वारसा ने देख लिया सी, वह लै गए सी, उन्होंने दाग देते सी, कोई शराब पी के इत्थे पै जांदा, कोई किद्दां आ के, जाने के हुण भी असीं उत्थे थले खड़े सीगे, आ मुंडे कहिंदे भी उत्थे कोई बंदा पिया आ, ना वह हिलजुल कुछ नहीं कर रहा। यह अपने भाजी, ये मैनूं लगता चाप वाली दुकान ते लगे हुए ने मुंडे, ते इन्हां ने दस्सिया कि उत्थे कोई लाश एक पई आ वी जिहड़ा कोई। पुलिस प्रशासन इत्थे मौजूद है, दिखा दिंदे तुहानू, क्योंकि थोड़ा सेंसिटिव इशू हो जांदा तां पिछों दिखा दिंदे आ। पुलिस प्रशासन मौजूद है और जिहड़ी डेड बॉडी इत्थे मिली है, सुनन विच आया कुछ सूत्र दसदे कि एक दो दिन पुरानी लाश पई है इत्थे, डेड बॉडी पई है, कि अज दा ही वाकया है? देखो, इहदे बारे असीं कुछ नहीं दस सकदे। असीं तां हुण मौके ते देखिया, तां असीं पुलिस नूं वी फोन कीता ते तुहानूं वी फोन करता वी जे किसे दे जाण पछाण च आवे ਤਾਂ ਉਹ ਵਾਰਸੇ ਦੇ ਲਿਜਾ ਸਕਦੇ ਆ, ਕਿਉਂਕਿ ਮੇਰੇ ਹਿਸਾਬ ਨਾਲ ਠੰਡ ਨਾ ਹੋਈ ਹੋ ਆ ਜਾਂ ਫਿਰ। ਉਹੀ ਮੇਰਾ ਸਵਾਲ ਸੀ ਅਗਲਾ। ਪੁਨੀਤ ਜੀ, ਇਹ ਕੀ ਲੱਗਦਾ, ਕੋਈ ਰੰਜਿਸ਼ ਲੱਗਦੀ ਆ, ਮਰਡਰ ਲੱਗਦਾ ਕਿ ਓਵਰਡੋਜ਼, ਜਿਵੇਂ ਸ਼ਰਾਬ ਦੀ ਜ਼ਿਆਦਾ ਮਾਤਰਾ ਪੀ ਲਈ ਉਹਦੇ ਕਰਕੇ ਲੱਗਦੀ ਆ? ਜਿਹੜੇ ਵਿਅਕਤੀ ਸੀਗਾ ਇਹ ਲਗਾਤਾਰ ਸ਼ਰਾਬ ਪੀਂਦਾ ਆਦੀ ਸੀਗਾ, ਲਗਾਤਾਰ ਮਾਰਕੀਟ ਦੇ ਆਲੇ ਘੁੰਮ ਵੀ ਰਿਹਾ ਸੀਗਾ, ਦੇਖ ਕੇ ਲੱਗ ਰਿਹਾ। ਫਿਲਹਾਲ ਤਾਂ ਜਿਹੜਾ ਬੰਦਾ ਇਹ, ਮੈਨੂੰ ਲੱਗਦਾ ਵੀ ਸ਼ਰਾਬ ਦੇ ਨਸ਼ੇ ਨਾਲ ਓਵਰਡੋਜ਼ ਨਾ ਮਰਿਆ ਹੋਵੇ, ਕਿਉਂਕਿ ਸਰਕਾਰਾਂ ਇਹਦੇ ਬਾਰੇ ਕੁਝ ਸੋਚ ਨਹੀਂ ਰਹੀਆਂ। ਸ਼ਰਾਬ ਨੂੰ ਵੀ ਕੋਈ ਨਸ਼ਾ ਨਹੀਂ ਮੰਨਿਆ ਜਾ ਰਿਹਾ ਅੱਜ ਕੱਲ੍ਹ ਦੇ ਵਿੱਚ, ਤੁਸੀਂ ਹਿਸਾਬ ਲਾ ਲਓ। ਬਹੁਤ ਸਾਰੇ ਜਿਹੜੇ ਅਨੇਕਾਂ ਹੀ ਐਕਸੀਡੈਂਟ ਹੁੰਦੇ ਆ, ਰੋਡ ਐਕਸੀਡੈਂਟ ਹੁੰਦੇ ਆ, ਜਾਂ ਕੋਈ ਮਰਡਰ ਹੋ ਜਾਂਦਾ, ਕੋਈ ਸੁੱਤਾ ਹੋਇਆ ਬੰਦਾ ਰਹਿ ਜਾਂਦਾ। ਉਹੀ ਗੱਲ ਜਿਵੇਂ ਪੰਜਾਬ 'ਚ ਅੱਜ ਵੱਖੋ ਵੱਖ ਜ਼ਿਲ੍ਹਿਆਂ ਤੋਂ ਆ ਰਹੀ ਹੈ, ਵੱਖੋ ਵੱਖ ਰੀਜਨ ਤੋਂ ਆ ਰਹੀ ਹੈ ਕਿ ਚਿੱਟੇ ਦੀ ਓਵਰਡੋਜ਼ ਕਰਕੇ ਲੋਕ ਮਰ ਰਹੇ ਆ, ਪਰ ਇੱਥੇ ਸਥਿਤੀ ਕੁਝ ਹੋਰ ਹੈ। ਹਾਲਾਂਕਿ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਕਿ ਲਿਕਰ ਇਜ਼ ਹਾਰਮਫੁਲ ਫੋਰ ਦਾ ਹੈਲਥ, ਪਰ ਸਾਡੀ ਸਰਕਾਰਾਂ, ਚਾਹੇ ਪਿਛਲੀਆਂ ਆਪਣੀ ਅਕਾਲੀ ਦਲ ਸਰਕਾਰ ਰਹੀ ਹੈ, ਕਾਂਗਰਸ ਸਰਕਾਰ ਰਹੀ ਹੈ, ਵੱਡੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ, ਜਦਕਿ ਨਸ਼ੇ ਦੀ ਸ਼ੁਰੂਆਤ ਸ਼ਰਾਬ ਤੋਂ ਹੁੰਦੀ ਹੈ। ਤਾਂ ਇੱਕ ਜਿਹੜਾ ਵਿਅਕਤੀ ਹੈ ਇੱਥੇ, ਤੁਸੀਂ ਵਿੱਚ ਦਿਖਾ ਦਿਓ, ਉਹ ਸ਼ਰਾਬ ਦੀ ਅੱਜ ਭੇਟ ਚੜ੍ਹ ਗਿਆ। ਤਾਂ ਇੱਕ ਘਰ ਦਾ ਦੀਵਾ ਬੁੱਝ ਗਿਆ, ਪੁਲਿਸ ਪ੍ਰਸ਼ਾਸਨ ਮੌਜੂਦ ਹੈ, ਵੈਰੀਫਿਕੇਸ਼ਨ ਹੋ ਰਹੀ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ, ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਅਕਤੀ ਦੀ ਆਈਡੈਂਟੀ ਕੀ ਹੈ ਔਰ ਪਰਿਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਰਾਬ ਦੀ ਮੈਂ, ਪੁਨੀਤ ਭਾਅ ਜੀ ਨੇ ਗੱਲ ਕੀਤੀ ਹੈ ਕਿ ਸ਼ਰਾਬ ਕਰਕੇ ਬਹੁਤ ਸਾਰੇ ਘਰ ਉੱਜੜ ਜਾਂਦੇ ਆ, ਆਪਾਂ ਦੇਖਦੇ ਰੋਡ ਸਾਈਡ 'ਤੇ ਬਹੁਤ ਐਕਸੀਡੈਂਟਸ ਹੁੰਦੇ ਆ, ਅਤੇ ਇਹ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ? ਕਿਉਂਕਿ ਸਰਕਾਰ ਤਾਂ ਐਕਸਾਈਜ਼ ਤੋਂ ਪੈਸਾ ਕਮਾਉਣਾ ਚਾਹੁੰਦੀ ਹੈ, ਪਰ ਲੋਕਾਂ ਦੀ ਬਿਹਤਰੀ ਲਈ ਕੁਝ ਨਹੀਂ ਹੋ ਰਿਹਾ। ਮੈਂ ਇੱਕ ਗੱਲ ਦੱਸਾਂ, ਚਲੋ ਇਹ ਤਾਂ ਕਿਸੇ ਘਰ ਦਾ ਜੀ ਹੋਊਗਾ, ਹੈ ਨਾ, ਦੁੱਖ ਤਾਂ ਉਹਨੂੰ ਹੋਊਗਾ ਜਿਹੜਾ ਵੀਡੀਓ ਦੇਖੂਗਾ ਕਿ ਸਾਡੇ ਘਰ ਦਾ ਇਹ ਜੀ ਆ, ਹੈ ਨਾ। ਬਾਕੀ ਦਿਨ ਤਾਂ ਆਪਾਂ ਦਾ, ਆਪਾਂ ਵੀ ਉਸੇ 'ਚ ਆ ਜਾਂਦੇ, ਆਪਾਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੰਦੇ, ਹੈ ਨਾ, ਪਰ ਨੁਕਸਾਨ ਉਸ ਬੰਦੇ ਦਾ ਜਿਹਦਾ ਜੀ ਗਿਆ, ਹੈ ਨਾ, ਜਿਹਦਾ ਦੀਵਾ ਬੁੱਝਿਆ। ਅਵੇਅਰਨੈਸ ਕਰ ਰਹੇ ਹਾਂ, ਵੱਡੀ ਗੱਲ ਇਹ ਆ ਕਿ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਤਾਂ ਕਿ ਕੋਈ ਹੋਰ ਨਾ ਜਾਵੇ। ਮੈਂ ਉਹੀ ਤੁਹਾਨੂੰ ਦੱਸਣ ਲੱਗਾ, ਇਹੀ ਚੀਜ਼ ਆ। ਦੇਖੋ, ਨਸ਼ਾ ਜਿਹੜਾ ਆ ਕੋਈ ਵੀ ਆ, ਹੈ ਨਾ, ਤੁਸੀਂ ਟਰੈਕ 'ਤੇ ਖੜ੍ਹ ਕੇ ਸਿਗਰਟ ਪੀਵੋਗੇ, 200 ਰੁਪਈਆ 500 ਰੁਪਈਆ ਉਹਦਾ ਚਲਾਨ ਹੋਊਗਾ ਤੁਹਾਡਾ, ਹੈ ਨਾ। ਮੰਨ ਲਓ ਪੀਣੇ ਵਾਲੇ ਦਾ 500 ਰੁਪਏ ਦਾ ਚਲਾਨ ਆ, ਇਸੇ ਤਰ੍ਹਾਂ ਤੁਸੀਂ ਸ਼ਰਾਬ 'ਤੇ ਲੈ ਜਾਓ, ਕੋਈ ਬੰਦਾ ਸ਼ਰਾਬ ਪੀ ਕੇ ਡਰਾਈਵਿੰਗ ਕਰਦਾ ਤਾਂ ਉਹਦਾ 10,000 ਰੁਪਈਆ ਚਲਾਨ ਆ, 1 ਸਾਲ ਦੀ ਸਜ਼ਾ ਤੱਕ ਵੀ ਆ। ਮਤਲਬ ਇਹ ਤਾਂ ਜ਼ਿੰਮੇਵਾਰ ਅਸਲ 'ਚ ਕੌਣ ਆ, ਇਹਨੂੰ ਵੇਚ ਕੌਣ ਰਿਹਾ? ਪੰਜਾਬ ਦੀ ਡਿਵੈਲਪਮੈਂਟ ਕਿੱਥੇ ਆ? ਹਾਲਾਂਕਿ ਤੁਸੀਂ ਕਿਸੇ ਦੀ ਡੈਥ ਹੋਈ, ਅਸੀਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦੇ, ਪਰ ਫਿਰ ਵੀ ਐਕਸਾਈਜ਼ ਤੋਂ ਪੈਸਾ ਆ ਰਿਹਾ, ਉਹ ਲੋਕਾਂ ਦੀ ਬਿਹਤਰੀ ਲਈ ਕਿੱਥੇ ਲੱਗ ਰਿਹਾ, ਉਹ ਸਮਝ ਨਹੀਂ ਆ ਰਹੀ। ਪਰ ਵੱਡੀ ਗੱਲ ਅਸੀਂ ਫਿਰ ਤੋਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਨਵਾਂਸ਼ਹਿਰ ਸ਼ੰਕਰ ਸਿਨੇਮਾ ਦੀ ਮਾਰਕੀਟ ਦੇ ਅੰਦਰ ਇੱਕ ਡੈੱਡ ਬੋਡੀ ਮਿਲੀ ਹੈ। ਸੂਤਰ ਦੱਸਦੇ ਨੇ ਕਿ ਜਿਹੜੀ ਇਹ ਡੈੱਡ ਬੋਡੀ ਆ, ਇੱਕ ਦਿਨ ਪਹਿਲਾਂ ਤੋਂ ਇੱਥੇ ਪਈ ਹੋਈ ਹੈ, ਇੱਕ ਦਿਨ ਪੁਰਾਣੀ ਜਿਹੜੀ ਇੱਥੇ ਲਾਸ਼ ਪਈ ਹੋਈ ਹੈ, ਅਣਪਛਾਤੀ ਲਾਸ਼ ਹੈ। ਪੁਲਿਸ ਵੈਰੀਫਿਕੇਸ਼ਨ ਕਰ ਰਹੀ ਹੈ, ਪੁਲਿਸ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਵਾਰਸਾ ਤੱਕ ਡੈੱਡ ਬੋਡੀ ਪਹੁੰਚਾਈ ਜਾਵੇ। ਲੇਕਿਨ ਵੱਡਾ ਸਵਾਲ ਉਹੀ ਹੈ ਕਿ ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਕਿਉਂ ਨਹੀਂ ਗਿਣਦੀਆਂ, ਕਿਉਂਕਿ ਇਹ ਸ਼ਰਾਬ ਦੀ ਇੱਕ ਆਦਤ ਕਰਕੇ ਇੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਪਰਿਵਾਰ ਹੀ ਜਾਣਦਾ। ਇੱਕ ਇਨਸਾਨ ਜਿਸਨੇ ਸਿਰਫ ਸ਼ਰਾਬ ਦੀ ਲੱਤ ਕਰਕੇ ਆਪਣੀ ਜ਼ਿੰਦਗੀ ਗਵਾ ਲਈ, ਉਸਨੂੰ ਪਤਾ ਹੀ ਨਹੀਂ ਉਹਨੇ ਕਿ ਰੱਬ ਦਾ ਦਿੱਤਾ ਇੱਕ ਵੱਡਾ ਖਜ਼ਾਨਾ ਜਿਹੜਾ ਖੋ ਦਿੱਤਾ ਹੈ। ਪਰਿਵਾਰ ਦੀ ਕੀ ਹਾਲਾਤ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਫਿਰ ਤੋਂ ਤੁਹਾਨੂੰ ਦੱਸ ਦਈਏ, ਵੱਡੀ ਖਬਰ ਹੈ, ਸ਼ੰਕਰ ਸਿਨੇਮਾ ਮਾਰਕੀਟ ਵਿੱਚ ਡੈੱਡ ਬੋਡੀ ਮਿਲੀ ਹੈ ਔਰ ਦੱਸਿਆ ਜਾ ਰਿਹਾ, ਸ਼ੁਰੂਆਤੀ ਜਾਣਕਾਰੀ ਵਿੱਚ ਇਹ ਪਤਾ ਲੱਗੀ ਹੈ ਕਿ ਸ਼ਰਾਬ ਦੀ ਓਵਰਡੋਜ਼ ਕਰਕੇ ਵਿਅਕਤੀ ਦੀ ਜਿਹੜੀ ਜਾਨ ਗਈ ਹੈ। ਬੋਤਲ ਦੇ ਉੱਤੇ ਲਿਖਿਆ ਹੈ ਕਿ ਹਾਰਮਫੁਲ ਟੂ ਹੈਲਥ, ਸਰੀਰ ਲਈ ਹਾਨੀਕਾਰਕ ਹੈ, ਅਤੇ
एक बार प्रशासन ना गलबात कर लें मामला की है जी। ये नवे शहर का ही रहने वाला बंदा जी, पहला हूँ पछाण हुई दी आ, ये बलबीर सिंह ना यदा बलबीर ये वकील सी, नशे नुशे करता सी, शराब ज्यादा पींदा सी, शराब पी के घर तो बाहर ही रहिंदा सी। अज सानू पता लग गया भी इत्थे छत पर पिया है, किसी आने पछाते बंदे ने दस्सिया सानू ते पर डेड आ, परिवार नू इहदे सूचित कीता, परिवार आ रहा जो कहणगे उन्हां दी बनदी कार्रवाई कानूनी कार्रवाई की जाऊ। मौत का कारण भी शराब ही लगती थी, पीण के ज़्यादा पी के, ठीक है, बाकी कन्फर्म हो जाएगा मेडिकल करा के, पोस्टमार्टम कराया जाएगा, पोस्टमार्टम कराया जाएगा। ठीक है, तो तुसी सुन ली है पुलिस ने जिहड़ा वर्जन दिता है, उन्होंने कहा है कि हाल की घड़ी शराब ही कारण लग रहा है, और पेशे तो यह व्यक्ति वकील दस्या जा रहा है, परिवार को इतलाह कर दी गई है, और पोस्टमार्टम तो बाकी जी गल कलैरिटी आएगी कि मौत का कारण की रहा, लेकिन हाल की घड़ी यही लग रहा है कि ओवर जी शराब ज़्यादा पीती है, ज़्यादा शराब पीन के कारण व्यक्ति की इतने जान चली गई है।